ਮਾਨਯੋਗ ਸੀਐਮ ਸਾਹਿਬ ਪੰਜਾਬ ਜੋ ਕਿ ਸਾਡੇ ਹੋਮ ਮਿਨਿਸਟਰ ਵੀ ਨੇ ਸਟੇਟ ਦੇ, ਉਹਨਾਂ ਦੇ ਦਿਸ਼ਾ ਨਿਰਦੇਸ਼ 'ਤੇ ਕ੍ਰਿਮੀਨਲਸ ਔਰ ਗੈਂਗਸਟਰਸ ਔਰ ਡਰੱਗਸ ਦੇ ਖਿਲਾਫ਼ ਇੱਕ ਵੱਡੀ ਮੁਹਿੰਮ ਵਿੱਢੀ ਗਈ ਹੈ, ਜਿਸ 'ਚ ਬਹੁਤ ਸਾਰੀਆਂ ਸਫਲਤਾਵਾਂ ਮਿਲੀਆਂ। ਔਰ ਉਸੇ ਲੜੀ ਦੇ ਵਿੱਚ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਜਿਹੜਾ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਵਿੱਚ ਹੋਇਆ ਸੀ, ਸਾਡੇ SSP ਡਾਕਟਰ ਨਵਜੋਤ ਕੌਰ ਗਰੇਵਾਲ ਜੀ ਔਰ ਉਹਨਾਂ ਦੀ ਟੀਮ ਨੇ ਉਹ ਸੈਂਸੇਸ਼ਨਲ ਕੇਸ ਜਿਹੜਾ ਬੜਾ ਰਿਕਾਰਡ ਟਾਈਮ ਦੇ ਵਿੱਚ ਸੋਲਵ ਕੀਤਾ ਅਤੇ ਦੋਨੇ ਅਕਿਊਜ਼ ਫੜੇ। ਔਰ ਜਿਹੜੀ ਇਹ ਬੜੀ ਵੱਡੀ ਸਫਲਤਾ ਮੰਨੀ ਜਾਂਦੀ ਹੈ, ਕਿਉਂਕਿ ਇਹ ਜਿਸ ਤਰ੍ਹਾਂ ਦਾ ਕ੍ਰਾਈਮ ਹੋਇਆ ਸ਼ਾਇਦ ਨਵੇਕਲਾ ਹੀ ਹੈ ਆਪਣੇ ਤਰ੍ਹਾਂ ਦਾ। ਇਹਦੇ 'ਚ ਇੱਕ ਬਲਵੀਰ ਕੌਰ ਲੇਡੀ ਨੇ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ 'ਚ ਖਮਾਣੋ ਸਬ ਡਿਵੀਜ਼ਨ ਔਰ ਥਾਣੇ ਦੇ ਰਹਿਣ ਵਾਲੇ, ਉਹਨਾਂ ਨੂੰ ਤਕਰੀਬਨ 50 ਸਾਲ ਉਮਰ ਹੈ ਉਹਨਾਂ ਦੀ, ਉਹਨਾਂ ਨੂੰ ਦੋ ਜਿਹੜੇ ਮਦਾਰੀ ਖੇਡਾਂ ਕਰਦੇ ਸੀ ਔਰ ਸਾਈਕਲ ਸ਼ੋਅ ਕਰਦੇ ਸੀ ਪਿੰਡਾਂ 'ਚ, ਇੱਕ ਕੁਲਦੀਪ ਕੀਪਾ ਇੱਕ ਜਸਵੀਰ ਜੱਸੀ, ਦੋਨੋਂ ਕਿ ਜਿਹੜੇ ਫਿਰੋਜ਼ਪੁਰ ਥਾਣਾ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਨੇ, ਉਹ ਸਾਲ ਕੁ ਪਹਿਲਾਂ ਮਿਲੇ ਸੀ ਇੱਕ ਮੇਲੇ ਦੇ ਦੌਰਾਨ। ਉੱਥੋਂ ਉਹਨਾਂ ਨੇ ਉਹਨੂੰ ਭਰਮਾਇਆ ਕਿ ਇੱਕ ਬਲਵੀਰ ਕੌਰ ਜੀ ਦੇ ਸਾਰੇ ਜਿਹੜੇ ਦੁੱਖ ਹੈ ਉਹਨਾਂ ਦਾ ਨਿਵਾਰਨ ਕੀਤਾ ਜਾ ਸਕਦਾ, ਕਿ ਉਹਨਾਂ ਦਾ ਵਾਕਫ ਇੱਕ ਤਾਂਤਰਿਕ ਹੈ ਅਤੇ ਉਸੇ ਗਿਣੀ ਮਿੱਥੀ ਸਾਜਿਸ਼ ਦੇ ਵਿੱਚ ਉਸ ਤਾਂਤਰਿਕ ਦੀ ਵਿੱਦਿਆ ਦਾ ਇਸਤੇਮਾਲ ਕਰਦੇ ਹੋਏ ਬਲਵੀਰ ਕੌਰ ਨੂੰ ਭਰਮਾ ਕੇ ਉਹਨਾਂ ਨੇ ਖੇਤਾਂ ਵਿੱਚ ਉਜਾੜ ਜਗ੍ਹਾ ਬੁਲਾਇਆ ਔਰ ਉਹਨਾਂ ਨੂੰ ਕਿਹਾ ਕਿ ਆਪਾਂ ਇੱਥੇ ਅੱਜ ਇੱਕ ਜਿਹੜਾ ਹੈ ਉਹ ਰਿਚੁਅਲ ਕਰਾਂਗੇ, ਉਸ ਤਰ੍ਹਾਂ ਦਾ ਕੋਈ ਹਵਨ ਵਗੈਰਾ ਕਰਾਂਗੇ ਤਾਂ ਕਿ ਤੁਹਾਡੇ ਸਾਰੇ ਜਿਹੜੇ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਜਾਣ। ਭੋਲੇ ਭਾਲੀ ਬਲਵੀਰ ਕੌਰ ਇਸ ਟ੍ਰੈਪ 'ਚ ਫਸ ਗਈ ਔਰ ਉੱਥੇ ਜਦੋਂ ਗਈ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਇਮੀਡੀਏਟਲੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਨੂੰ ਹੁਣ ਤੇਰੀ ਬਲੀ ਦੇਣੀ ਪੈਣੀ ਹੈ, ਕਿ ਇਹਦੇ 'ਚ ਇੱਕ ਲੇਡੀ ਦੀ ਬਲੀ ਜਿਹੜੀ ਹੈ ਸਾਨੂੰ ਤਾਂਤਰਿਕ ਨੇ ਦੱਸਿਆ ਤਾਂ ਹੀ ਹੋਏਗਾ। ਉਹ ਵਿਚਾਰੀ ਕਿਉਂਕਿ ਇਹ ਉੱਥੇ ਦੋ ਅਕਿਊਜ਼ ਸੀਗੇ, ਉਹਨੂੰ ਇਹਨਾਂ ਨੇ ਦਾਹ ਨਾਲ ਉੱਤੇ ਵਾਰ ਕੀਤੇ ਤੇਜ਼ਧਾਰ ਹਥਿਆਰ ਨਾਲ ਔਰ ਬੁਰੀ ਤਰ੍ਹਾਂ ਇੰਜਰਡ ਕਰਤਾ, ਉਹਦੀਆਂ ਉਂਗਲਾਂ ਔਰ ਬੈਕ ਔਰ ਈਵਨ ਗਰਦਨ 'ਤੇ ਕਾਫੀ ਗੰਭੀਰ ਸੱਟਾਂ ਲੱਗੀਆਂ। ਔਰ ਉਸ ਤੋਂ ਬਾਅਦ ਜਦੋਂ ਉੱਥੋਂ ਪਤਾ ਲੱਗਿਆ ਤਾਂ ਉਹਨੇ ਹੈਲਪ ਮੰਗੀ, ਸਵੇਰੇ ਪਿੰਡ ਵਾਲਿਆਂ ਨੇ ਪੁਲਿਸ ਨੂੰ ਦੱਸਿਆ, ਇਮੀਡੀਏਟਲੀ ਪੁਲਿਸ ਨੇ ਜਾ ਕੇ ਉਹਨਾਂ ਨੂੰ ਉੱਥੋਂ ਰਿਕਵਰ ਕਰਕੇ ਮੈਡੀਕਲ ਏਡ ਦਵਾ ਕੇ PGI ਐਡਮਿਟ ਕੀਤਾ। ਪਰਮਾਤਮਾ ਦੀ ਮਿਹਰ ਨਾਲ ਉਹ ਵਿਚਾਰੇ ਹੁਣ ਬੈਟਰ ਹੈ ਔਰ ਪ੍ਰੋਗਰੈਸ ਬੈਟਰ ਕਰ ਰਹੀ ਉਹਨਾਂ ਦੀ ਸਿਹਤ। ਬਟ ਉਸ ਤੋਂ ਬਾਅਦ ਡਾਕਟਰ ਨਵਜੋਤ ਕੌਰ ਗਰੇਵਾਲ ਅਤੇ ਉਹਨਾਂ ਦੀ ਟੀਮ ਨੇ ਕੋਈ ਵੀ ਜਿਹੜਾ ਕਲੂ ਹੈ ਉਹ ਨਹੀਂ ਛੱਡਿਆ ਇਨਵੈਸਟੀਗੇਸ਼ਨ ਦਾ ਔਰ ਇਮੀਡੀਏਟਲੀ ਕੇਸ ਨੂੰ ਟਰੇਸ ਕਰਦੇ ਹੋਏ ਔਰ ਵਿਦ ਇਨ ਰਿਕਾਰਡ ਟਾਈਮ ਦੋਨੋਂ ਅਕਿਊਜ਼ ਉੱਥੋਂ ਫੜੇ ਔਰ ਉਹਨਾਂ ਦੀ ਪੁੱਛਗਿੱਛ ਤੋਂ ਇਹ ਗੱਲਾਂ ਸਾਹਮਣੇ ਆਈਆਂ ਕਿ ਵਾਕਈ ਉਹ ਇੱਕ ਤਾਂਤਰਿਕ ਦੇ ਕਹੇ ਤੋਂ ਉਹਨਾਂ ਨੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਸੀ। ਅੱਗੇ ਜਿਹੜੀ ਇਨਵੈਸਟੀਗੇਸ਼ਨ ਹੈ ਤਾਂਤਰਿਕ ਦੇ ਰੋਲ ਬਾਰੇ ਉਹ ਵੀ ਕੀਤੀ ਜਾ ਰਹੀ ਹੈ ਔਰ ਇਹਦੇ ਵਿੱਚ ਜਿਹੜੇ ਸਾਡੀ ਟੀਮ ਨੇ SSP ਸਾਹਿਬ ਦੇ ਦਿਸ਼ਾ ਨਿਰਦੇਸ਼ 'ਤੇ ਵਧੀਆ ਕੰਮ ਕੀਤਾ ਉਹ ਸਾਰਿਆਂ ਨੂੰ ਅਸੀਂ ਸੂਟੇਬਲੀ ਰਿਵਾਰਡ ਵੀ ਕਰਾਂਗੇ।